ਸਿਆਣੇ ਹੀ ਵੇ ਬੁਲੇ ਦੇ ਨੀ ਵੇ ਕਮਾਲ ਦੀ ਗੱਲ ਹੈ ਹੈ ਹਾਂ ਇਹ ਮਸੀਤ ਨਾਲ ਉਲੰਘਣ ਇਹ ਮੁਸਲਮਾਨ ਮਸੀਤ ਕੋਲ ਖੜਦੇ ਦਰਵਾਜ਼ੇ ਕੋ ਹੱਥ ਲਾ ਦੇ ਚੁੰਮੇ ਨੇ ਆਦਨ ਤੂੰ ਠੀਕ ਖੜੀ ਸਾਡੇ ਬਜ਼ੁਰਗਾਂ ਜਿੱਥਾਂ ਤੇ ਕੋ ਬਣਵਾਏ ਸੋਹਣਾ ਬਣਵਾਏ ਅੱਲਾ ਤੇ ਕੋ ਰੰਗ ਕਮਾਲ ਮਸੀਤ ਕੋ ਚੁੰਮੇ ਸਨ ਅੰਦਰ ਕਦਮ ਨਾ ਰੱਖੇ ਸਨ ਨਮਾਜ਼ ਪੜ੍ਹ ਚੁੰਮਣ ਦੇ ਬਾਅਦ ਅੱਲਾ ਮਸੀਤਾਂ ਆਬਾਦ ਕਰਨ ਦੀ ਤੌਫੀਕ ਅਤਾ ਕਰ ਕੀ ਬਾਤ ਹੈ ਮੇਰੇ ਪਾਕ ਨਬੀ ਫਰਮਾਏ ਜਿਹੜਾ ਅਸਰ ਦੀ ਨਮਾਜ਼ ਤੇ ਇਸ਼ਾ ਦੀ ਨਮਾਜ਼ ਇਹ ਮੁਨਾਫਿਕ ਵਾਸਤੇ ਭਾਰੇ ਫਰਮਾ ਜਿਹੜਾ ਬੰਦਾ ਅਸਰ ਦੇ ਇਸ਼ਾ ਦੀ ਨਮਾਜ਼ ਨਾ ਪੜ੍ਹੇ ਮੈਂ ਆਮਨਾ ਦੇ ਲਾਲ ਦਾ ਦਿਲ ਲਾ ਦੇ ਉਹਦੇ ਝੁੱਗੇ ਕੋ ਭਾ ਲਾ ਦੇ ਅੱਲਾਹ ਅਕਬਰ ਭਾ ਲਾ ਦੇ ਹਜ਼ੂਰ ਫਰਮੇ ਦੇ ਜਿਹੜੇ ਬੰਦਾ ਨਮਾਜ਼ੀ ਸਜਦੇ ਦੀ ਹਾਲਤ ਚਾਹੁੰਦੇ ਮੇਰਾ ਪਾਕ ਨਬੀ ਫਰਮੇ ਦੇ ਮੇਰਾ ਉਵੇਲੇ ਕੋ ਮਹਬੂਬ ਹੁੰਦੇ ਮੇਰੇ ਕੋ ਡਾਢਾ ਪਿਆਰਾ ਲੱਗਦੇ ਨਮਾਜ਼ੀ ਬੰਦਾ ਕਿਉਂ ਬਈ ਜਿਹੜਾ ਨਬੀ ਦਾ ਮਹਬੂਬ ਬਣ ਵਜੇ ਗਾਲ ਹੀ ਬਣ ਗਈ ਕਾਮਯਾਬ ਹੀ ਥੀ ਗਿਆ ਨਬੀ ਦਾ ਜੋ ਮਹਬੂਬ ਬਣ ਗਿਆ ਇਹ ਕਿਹੜੀ ਸ਼ਾਇ ਜਿਹੜੀ ਮਹਬੂਬ ਬਣੇ ਦੀ ਆਖੋ ਨਮਾਜ਼